ਦੋਸਤੋ ਅੱਜ ਅਸੀਂ 16 ਅਕਤੂਬਰ ਦੇ ਦਿਨ ਹੋਈਆਂ ਘਟਨਾਵਾਂ ਜਿਨ੍ਹਾਂ ਦਾ ਜ਼ਿਕਰ ਸਿੱਖ ਤਾਰੀਖ 'ਚ ਮਿਲਦਾ ਹੈ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ 1670 ਦੀ ਹੈ। 1670 ਵਿੱਚ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ ਸੀਗਾ। ਬੰਦਾ ਸਿੰਘ ਬਹਾਦਰ ਇੱਕ ਉਹ ਲਾਸਾਨੀ ਕਮਾਲ ਸੀ ਜੋ ਕੋਈ ਅਫਸਾਨਾ ਨਹੀਂ ਸੀ ਬਲਕਿ ਹੱਡ ਮਾਸ ਦਾ ਇੱਕ ਸੱਚਮੁੱਚ ਦਾ ਇਨਸਾਨ ਸੀ ਜੋ ਇਸ ਧਰਤੀ 'ਤੇ ਜੀਵਿਆ, ਵਿਚਰਿਆ ਅਤੇ ਸ਼ਹੀਦ ਹੋਇਆ। ਪਹਿਲੀ ਵਾਰੀ ਅਸਲ ਖਾਲਸਾ ਕਾਨ ਰਾਜ ਕਾਇਮ ਕਰਨ ਦਾ ਮਾਣ ਇਸ ਮਹਾਨ ਸਿੱਖ ਜਨਰਲ ਬੰਦਾ ਸਿੰਘ ਬਹਾਦਰ ਨੂੰ ਹੀ ਅਤੇ ਉਸਦੇ ਸਾਥੀਆਂ ਨੂੰ ਹੀ ਬਣਦਾ ਹੈ। ਤੋ ਪੰਜਾਬ ਦੇਸ਼ ਦੀ 700 ਸਾਲ ਦੀ ਅਤੇ ਭਾਰਤੀ ਜ਼ਜ਼ੀਰੇ ਦੀ 1000 ਸਾਲ ਦੀ ਵਿਦੇਸ਼ੀ ਗੁਲਾਮੀ ਨੂੰ ਖਤਮ ਕਰਨ ਦਾ ਸਿਰਾ ਵੀ ਇਸ ਮਹਾਨ ਹੀਰੋ ਅਤੇ ਉਸਦੇ ਸਾਥੀਆਂ ਦੇ ਸਿਰ 'ਤੇ ਹੈ। ਬੰਦਾ ਸਿੰਘ ਬਹਾਦਰ ਇੱਕ ਉਹ ਲਸਾਨੀ ਕਮਾਲ ਸੀਗਾ ਜਿਸ ਨੇ ਇੱਥੋਂ ਦਾ ਸਿਰਫ ਨਕਸ਼ਾ ਹੀ ਨਹੀਂ ਬਦਲਿਆ ਬਲਕਿ ਉਸਨੇ ਇੱਥੇ ਇੱਕ ਨਵੀਂ ਲਹਿਰ ਚਲਾਈ। ਅਸੀਂ ਜਾਣਦੇ ਹਾਂ ਕਿ ਬਚਪਨ ਵਿੱਚ ਉਹ ਰਿਆਸੀ 'ਚ ਰਿਹਾ ਕਰਦਾ ਸੀ ਅਤੇ ਰਿਆਸੀ ਵਿੱਚ ਜਿਸ ਤਰ੍ਹਾਂ ਉਹਦੇ ਨਾਲ ਕਹਾਣੀ ਕੜੀ ਹੋਈ ਹੈ ਕਿ ਇੱਕ ਹਿਰਨੀ ਮਾਰੀ ਅਤੇ ਹਿਰਨੀ ਦੇ ਪੇਟ 'ਚੋਂ ਜੀਂਦੇ ਬੱਚੇ ਜਿਹੜੇ ਸੀ ਤੜਫਦੇ ਤੜਫਦੇ ਸਾਹਮਣੇ ਮਰ ਗਏ ਅਤੇ ਉਸ ਤੋਂ ਬਾਅਦ ਉਸਨੇ ਸ਼ਿਕਾਰ ਕਰਨਾ ਬੰਦ ਕਰਤਾ। ਫਿਰ ਉਹ ਸਾਧੂ ਬਣ ਗਿਆ ਅਤੇ ਪਹਿਲਾਂ ਮਾਧੋ ਦਾਸ ਬਣਿਆ, ਫਿਰ ਲਛਮਣ, ਪਹਿਲਾਂ ਲਛਮਣ ਦਾਸ ਉਹਦਾ ਨਾਂ ਰੱਖਿਆ ਗਿਆ, ਉੱਥੋਂ ਜਾ ਛੱਡ ਗਿਆ ਅਤੇ ਦੂਜੇ ਫਿਰ ਮਾਧੋ ਦਾਸ ਉਹਦਾ ਨਾਂ ਰੱਖਿਆ ਗਿਆ। ਸੋ ਲਛਮਣ ਦਾਸ ਤੋਂ ਮਾਧੋ ਦਾਸ, ਲਛਮਣ ਦਾਸ ਉਹਦਾ ਬਚਪਨ ਦਾ ਨਾਂ ਸੀ, ਮਾਧੋ ਜਿਹੜਾ ਸੀ ਉਹਦਾ ਸਾਧੂ ਦਾ ਨਾਂ ਸੀ ਅਤੇ ਜਦੋਂ ਗੁਰੂ ਸਾਹਿਬ ਦੇ ਕੋਲ ਆਇਆ ਤਾਂ ਉਸਦਾ ਨਾਂ ਬੰਦਾ ਸਿੰਘ ਬਹਾਦਰ ਰੱਖਿਆ ਗਿਆ ਸੀ। ਖੈਰ ਇਹ ਸਾਰਾ ਸਾਧੂਆਂ ਦੇ ਨਾਲ ਘੁੰਮਣ ਤੋਂ ਬਾਅਦ ਉਹ ਕੁਛ ਨਾਸਕ ਨਗਰ ਮਹਾਰਾਸ਼ਟਰ ਵਿੱਚ ਪੰਚਵਟੀ 'ਚ ਇੱਕ ਤਾਂਤਰਿਕ ਅਖਵਾਉਂਦੇ ਯੋਗੀ ਉਗੜਨਾਥ ਜਿਹਨੂੰ ਬਾਬਾ ਲੁਣੀਆ ਵੀ ਕਹਿੰਦੇ ਸਨ ਉਹਦੇ ਕੋਲ 3 ਸਾਲ ਰਿਹਾ ਸੀਗਾ। 1691 'ਚ ਉਗੜਨਾਥ ਦੀ ਮੌਤ ਤੋਂ ਮਗਰੋਂ ਉਹ ਆਪਣੇ ਸਾਥੀਆਂ ਅਤੇ ਚੇਲਿਆਂ ਨਾਲ ਦੱਖਣ ਵਿੱਚ ਉਸਨੇ ਨੰਦੇੜ ਵਿੱਚ ਡੇਰਾ ਲਾ ਲਿਆ ਅਤੇ ਉੱਥੇ ਕਈ ਸਾਲ ਰਿਹਾ। ਇਸ ਦੌਰਾਨ ਉਹ ਅਕਸਰ ਤੀਰਥਾਂ ਤੂਰਥਾਂ ਅਤੇ ਹਿੰਦੂਆਂ ਦੇ ਜਿਹੜੇ ਤੀਰਥ ਨੇ ਉਹਨਾਂ 'ਤੇ ਜਾਂਦਾ ਰਹਿੰਦਾ ਸੀਗਾ। ਇੱਕ ਵਾਰੀ 1596 ਦੀ ਫਰਵਰੀ ਵਿੱਚ ਉਹ ਰਿਸ਼ੀਕੇਸ਼ ਔਰ ਹਰਿਦੁਆਰ ਵਾਲੇ ਪਾਸੇ 'ਚ ਗਿਆ ਅਤੇ ਫਰਵਰੀ 1696 'ਚ ਗੁਰੂ ਗੋਬਿੰਦ ਸਿੰਘ ਵੀ ਖੁਰਵਤਦੀ ਜੀ ਨੂੰ ਡੇਹਰਾਦੂਨ ਕਹਿੰਦੇ ਹਾਂ ਉਸ ਤੋਂ ਪੰਜਾਬ ਮੁੜਦੇ ਆ ਰਾਹ 'ਚ ਰਿਸ਼ੀਕੇਸ਼ ਹਰਿਦੁਆਰ ਅਤੇ ਕਨਖਲ ਵਿੱਚ ਰੁਕੇ ਸਨ। ਇਹਨਾਂ ਦਿਨ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਮਾਧੋ ਦਾਸ ਉੱਧਰ ਆਇਆ ਸੀ, ਉਸਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੋਈ ਅਤੇ ਗੁਰੂ ਜੀ ਨੇ ਉਸਨੂੰ ਵੈਰਾਗ ਅਤੇ ਯੋਗ ਛੱਡ ਕੇ ਕਰਮ ਖੇਤਰ ਵਿੱਚ ਆਉਣ ਦੀ ਸਿੱਖਿਆ ਦਿੱਤੀ। ਮਾਧੋ ਦਾਸ ਅਤੇ ਗੁਰੂ ਸਾਹਿਬ ਦੀ ਮੁਲਾਕਾਤ ਥੋੜ੍ਹੇ ਚਿਰ ਦੀ ਸੀ। ਜੇਕਰ ਮਾਧੋ ਦਾਸ ਉਰਫ ਲਛਮਣ ਦਾਸ ਜੇ ਗੁਰੂ ਸਾਹਿਬ ਦੀ ਸੰਗਤ ਹੋਰ ਕੁਛ ਕਰ ਲੈਂਦਾ ਤਾਂ ਸ਼ਾਇਦ ਉਦੋਂ ਹੀ ਉਹ ਸਿੱਖੀ 'ਚ ਸ਼ਾਮਲ ਹੋ ਗਿਆ ਹੁੰਦਾ। ਤੋ ਖੈਰ ਹਰਿਦੁਆਰ ਤੋਂ ਮੁੜ ਕੇ ਬੰਦਾ ਸਿੰਘ ਫਿਰ ਆਪਣੇ ਡੇਰੇ ਨਾਸਿਕ ਚਲਾ ਗਿਆ। ਕੁਛ ਦਿਨ ਇੱਥੇ ਰਹਿਣ ਮਗਰੋਂ ਉਹ ਨੰਦੇੜ ਚਲਾ ਗਿਆ ਅਤੇ ਜਿੱਥੇ ਉਸਨੇ ਆਪਣਾ ਤਗੜਾ ਡੇਰਾ ਜਿਹੜਾ ਕਾਇਮ ਕਰ ਲਿਆ ਅਤੇ 4 ਸਤੰਬਰ 1708 ਦੇ ਦਿਨ ਉਸਨੇ ਖੰਡੇ ਦੀ ਫੌਜ ਲਈ ਅਤੇ ਸਿੱਖੀ ਸ਼ਾਮਲ ਹੋ ਗਿਆ ਅਤੇ ਉਸ ਤੋਂ ਬਾਅਦ 9 ਜੂਨ 1716 ਦੇ ਦਿਨ ਉਸਨੇ ਸ਼ਹੀਦੀ ਕੀ ਹਾਸਿਲ ਕੀਤੀ। ਇਸ ਦੌਰਾਨ ਉਸਨੇ ਕਮਾਲ ਕੀਤਾ। ਇਸ ਮਹਾਨ ਸ਼ਖਸੀਅਤ ਬੰਦਾ ਸਿੰਘ ਬਹਾਦਰ ਦਾ ਜਨਮ ਜਿਹੜਾ 16 ਅਕਤੂਬਰ 1670 ਦੇ ਦਿਨ ਰਿਆਸੀ ਜੰਮੂ ਵਿੱਚ ਹੋਇਆ ਸੀ। 16 ਅਕਤੂਬਰ ਦੀ ਸਾਡੇ ਕੋਲ ਹੋਰ ਗੱਲ ਹੈ ਬਈ ਸਿੱਖਾਂ ਅਤੇ ਬਹਾਦਰ ਸ਼ਾਹ ਸਿੱਖਾਂ ਦੀ ਤਿਸ਼ਾਹੀ ਫੌਜਾਂ ਦੇ ਵਿਚਕਾਰ ਜਿਹੜੀ ਹੈ ਇਹ ਲੜਾਈ ਹੋਈ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀਗਾ ਅਤੇ ਸਿੱਖ ਜਿਹੜੇ ਸਨ ਉਹ ਉਹਨਾਂ ਤੋਂ ਬਹੁਤ ਦੁਖੀ ਸਨ। ਮੁਗਲ ਬਾਦਸ਼ਾਹ ਅਤੇ ਉਹਨਾਂ ਦੇ ਫੌਜੀ ਅਤੇ ਉਹਨਾਂ ਦੀਆਂ ਅਕਸਰ ਝੜਪਾਂ ਹੁੰਦੀਆਂ ਰਹਿੰਦੇ ਸਨ, ਤੋ ਇੱਕ ਝੜਪ ਜਿਹੜੀ ਹੈ ਇਸ ਦਿਨ ਵੀ ਹੋਈ ਸੀ। ਸੋ 15 ਅਕਤੂਬਰ 1981 ਦੀ ਇੱਕ ਬਹੁਤ ਅਹਿਮ ਘਟਨਾ ਇਹ ਹੈ ਕਿ ਇਸ ਦਿਨ ਬਬਰ ਖਾਲਸਾ ਨੇ ਨਿਰੰਜਨ ਸਿੰਘ ਨਿਰੰਕਾਰੀ ਦੇ ਉੱਤੇ ਸੈਕਟਰੀਏਟ ਦੇ ਅੰਦਰ ਹਮਲਾ ਕੀਤਾ ਪੰਜਾਬ ਦੇ। ਅਸੀਂ ਜਾਣਦੇ ਕਿ 13 ਅਪ੍ਰੈਲ 1978 ਦੇ ਦਿਨ 13 ਸਿੱਖਾਂ ਦੇ ਕਤਲ ਦਾ ਮੁਕੱਦਮਾ ਜਿਹੜਾ ਸੀਗਾ ਉਹ ਹਾਈ ਕੋਰਟ ਦੇ ਹੁਕਮ ਪੰਜਾਬ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਸੀਗਾ ਅਤੇ ਇਸ ਮੁਕੱਦਮੇ ਨਾਲ ਪੰਜਾਬ ਨਾਲ ਹੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਕੇਸ ਵੀ ਕਮਜ਼ੋਰ ਤਿਆਰ ਕੀਤਾ ਸੀਗਾ। ਤੋ ਬਹੁਤ ਟਿੱਡੇ ਤਰੀਕੇ ਨਾਲ ਲੜਿਆ ਸੀਗਾ। ਉਸ ਇਹ ਵੀ ਚਰਚਾ ਚੱਲਿਆ ਕਿ ਨਿਰੰਕਾਰੀਆਂ ਦੇ ਮੁਖੀ ਗੁਰਭਜਨ ਸਿੰਘ ਨੇ ਆਪਣੇ ਆਪ 'ਤੇ 61 ਹੋਰ ਮੁਜਰਮਾਂ ਨੂੰ ਸਿੱਖਾਂ ਦੇ ਕਤਲ ਤੋਂ ਪੂਰੀ ਤਰ੍ਹਾਂ ਬਰੀ ਕਰਵਾਉਣ ਵਾਸਤੇ ਜਿਹੜੇ ਕਰਨਾਲ ਦਾ ਜੱਜ ਹੈ ਜਿਸਨੇ ਕੇਸ ਸੁਣਿਆ ਸੀਗਾ ਗੁਪਤੇ ਨੂੰ ਇੱਕ ਮੋਟੀ ਰਕਮ ਰਿਸ਼ਵਤ ਵਜੋਂ ਦਿੱਤੀ ਸੀ। ਤੋ 4 ਜਨਵਰੀ 1980 ਦੇ ਦਿਨ ਗੁਪਤੇ ਨੇ ਇਹਨਾਂ ਮੁਜਰਮਾਂ ਨੂੰ ਬਰੀ ਕਰਨ ਦਾ ਫੈਸਲਾ ਦੇ ਦਿੱਤਾ। ਅਕਾਲੀ ਅਖਵਾਂ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਫੈਸਲੇ ਦੇ ਖਿਲਾਫ਼ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਅਪੀਲ ਤੱਕ ਦਾਇਰ ਨਾ ਕੀਤੀ। ਤੋ ਸਿੱਖਾਂ ਦੇ ਕਾਤਲਾਂ ਨੂੰ ਬਰੀ ਕਰਨ, ਅਕਾਲੀ ਸਰਕਾਰ ਵੱਲੋਂ ਅਪੀਲ ਦਾਇਰ ਨਾ ਕਰਨ, ਫਿਰਕੂ ਹਿੰਦੂਆਂ ਵੱਲੋਂ ਨਿਰਕਾਰਿਆਂ ਦੀ ਰਿਹਾਇਸ਼ ਮੈਂ ਖੁਸ਼ੀਆਂ ਮਨਾਉਣ ਅਤੇ ਡੱਡੂ ਵੰਡਣ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਵਿੱਚ ਬੜਾ ਰੋਹ ਪੈਦਾ ਕੀਤਾ। ਸਿੱਖ ਆਲਮ, ਸਿੱਖ ਵਿਦਿਆਰਥੀ, ਸਿੱਖ ਨੌਜਵਾਨ, ਜੁਝਾਰੂ ਸਿੱਖ ਸਾਰੀ ਸਿੱਖ ਕੌਮ ਸੋਗ, ਰੰਝ, ਗੁੱਸੇ ਅਤੇ ਰੋਹ ਅਤੇ ਸੋਚ ਵਿੱਚ ਪੈ ਗਈ। ਇਸ ਮਾਹੌਲ ਵਿੱਚ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਾ, ਅਖੰਡ ਕੀਰਤਨੀ ਜਿਸ ਤਰ੍ਹਾਂ ਕੈਡਾ ਅਤੇ ਜਥੇਦਾਰ ਤਰਵਿੰਦਰ ਸਿੰਘ ਅਤੇ ਉਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਜਿਹੜੇ ਸਰਗਰਮ ਹੋ ਗਏ ਅਤੇ ਉਹਨਾਂ ਨੇ ਸਿੱਖਾਂ ਦੇ ਕਤਲੇਆਮ ਦੇ ਜ਼ਿੰਮੇਦਾਰਾਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਤੋ ਉਹਨਾਂ ਨੇ ਦੇਖਿਆ ਕਿ ਭਾਰਤ ਦੀਆਂ ਬੇਇਨਸਾਫ ਅਦਾਲਤਾਂ
ਤੋਂ ਇਨਸਾਫ ਨਾ ਮਿਲ ਸਕਣ ਕਰਕੇ ਸਾਨੂੰ ਆਪ ਹੀ ਫੈਸਲਾ ਕਰਨਾ ਪਏਗਾ। ਸੋ ਵੱਖ ਵੱਖ ਜਗ੍ਹਾ 'ਤੇ ਬੈਠੇ ਜੁਝਾਰੂ ਸੋਚ ਵਾਲੇ ਸਿੱਖਾਂ ਨੇ ਅਖੀਰ ਗੁਰੂ ਗੋਬਿੰਦ ਸਿੰਘ ਦੇ ਐਲਾਨਨਾਮੇ ਦੀਆਂ ਸਤਰਾਂ ਨੂੰ ਦੁਬਾਰਾ ਪੜ੍ਹਿਆ ਅਤੇ ਉਸ ਉੱਤੇ ਅਮਲ ਕਰਨ ਦਾ ਫੈਸਲਾ ਕਰ ਲਿਆ ਕਿ ਜਦ ਇਨਸਾਫ ਨਹੀਂ ਮਿਲਦਾ ਤਾਂ ਇਨਸਾਫ ਖੋਣਾ ਪੈਂਦਾ ਹੈ। ਤੋ ਸਿੱਖਾਂ ਨੇ ਨਿਨਕਾਰੀਆਂ ਨੂੰ ਸਜ਼ਾ ਦੇਣ ਦਾ ਫੈਸਲਾ ਕਰ ਲਿਆ। ਸਭ ਤੋਂ ਪਹਿਲਾਂ ਜਿਹੜਾ ਸੀਗਾ, ਅਸੀਂ ਜਾਣਦੇ ਹਾਂ ਕਿ 10 ਜੂਨ 1978 ਦੇ ਦਿਨ ਅਕਾਲ ਤਖ਼ਤ ਤੋਂ ਇੱਕ ਹੁਕਮਨਾਮਾ ਵੀ ਜਾਰੀ ਕਰਵਾਇਆ ਗਿਆ ਸੀਗਾ, ਜਿਸ ਵਿੱਚ ਕਿਹਾ ਗਿਆ ਸੀ ਕਿ ਨਿਰੰਕਾਰੀ ਦੰਭ ਨੂੰ ਹਰ ਹੀਲੇ ਨਾਲ ਰੋਕਣ ਵਾਸਤੇ ਸਿੱਖ ਕੌਮ ਕੋਸ਼ਿਸ਼ ਕਰੇ। ਤੋ ਬਬਰ ਖਾਲਸਾ ਜਿਹਦੇ ਮੁਖੀ ਜਥਾ ਤਰਵਿੰਦਰ ਸਿੰਘ ਸਨ, ਵੈਨਕੂਵਰ ਅਤੇ ਪੰਜਾਬ ਦੇ ਹੋਰ ਖਾੜਕੂ ਗਰੁੱਪਾਂ ਵਿੱਚ ਜਿਹੜੇ ਮੁੱਖ ਵਰਕਰ ਸ਼ਾਮਿਲ ਸਨ ਜਥਾ ਤਰਵਿੰਦਰ ਸਿੰਘ ਤੋਂ ਇਲਾਵਾ, ਉਹ ਇਹ ਸਨ ਸੁਖਦੇਵ ਸਿੰਘ ਦਾਸੂਵਾਲ, ਕੁਲਵੰਤ ਸਿੰਘ ਨਾਗੋਖੇ, ਅਮਰਜੀਤ ਸਿੰਘ ਦਹੇੜੂ, ਅਮਰਜੀਤ ਸਿੰਘ ਖੇਮਾ ਖੇਮਕਰਨੀ, ਸੇਵਾ ਸਿੰਘ ਬਾਅਦ ਜਿਹੜਾ ਪਖੰਡੀ ਧਰਮਾਲਾ ਬਣ ਗਿਆ, ਗੁਰਨਾਮ ਸਿੰਘ ਹਵਾਲਦਾਰ, ਮਨਮੋਹਨ ਸਿੰਘ ਫੌਜੀ, ਅਨੋਖ ਸਿੰਘ ਸੁਲੱਖਣ ਸਿੰਘ, ਗੁਰਮੀਤ ਸਿੰਘ ਧੂਲਕੋਟ, ਸੁਰਿੰਦਰ ਸਿੰਘ ਜਗਾਦਰੀ, ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਅਤੇ ਵਰਦਾਸ ਸਿੰਘ ਵਗੈਰਾ। ਇਹਨਾਂ ਐਕਸ਼ਨਾਂ ਦੌਰਾਨ ਉਹਨਾਂ ਨੇ 16 ਅਕਤੂਬਰ ਦੇ ਦਿਨ ਚੰਡੀਗੜ੍ਹ ਦੇ ਸੈਕਟਰੀਏਟ 'ਚ ਗੁਰਦਾਸਪੁਰ ਦੇ ਸਾਬਕਾ ਡਿਪਟੀ ਕਮਿਸ਼ਨਰ, ਜਿਹੜਾ 13 ਅਪ੍ਰੈਲ 1978 ਦੇ ਕਤਲੇਆਮ ਦਾ ਮੋਹਰੀ ਸੀਗਾ, ਉਸ ਦੇ ਉੱਤੇ ਹਮਲਾ ਕੀਤਾ ਜਦੋਂ ਉਹ ਪੰਜਾਬ ਸੈਕਟਰੀਏਟ 'ਚ ਸੀ। ਤੋ ਬੰਦੂਕਾਂ ਅਤੇ ਗੋਲੀਆਂ ਦੀ ਵਾਛੜ ਵਿੱਚੋਂ ਨਿਰੰਜਨ ਸਿੰਘ ਤਾਂ ਬਚ ਗਿਆ, ਪਰ ਉਹਦਾ ਛੋਟਾ ਭਰਾ ਸੁਰਿੰਦਰ ਸਿੰਘ ਮਾਰਿਆ ਗਿਆ। ਇਸ ਸੈਕਸ਼ਨ ਵਿੱਚ ਸਭ ਤੋਂ ਵੱਧ ਰੋਲ ਜਿਹੜਾ ਸੀਗਾ ਅਮਰਜੀਤ ਸਿੰਘ ਖੇਮਕਰਨੀ ਅਤੇ ਸੁਲੱਖਣ ਸਿੰਘ ਬੱਬਰ ਅਤੇ ਸੁਖਦੇਵ ਸਿੰਘ ਦਾਸੂਵਾਲ ਦਾ ਸੀ। ਇਹ ਘਟਨਾ ਜਿਹੜੀ ਹੈ ਉਹ 1982 ਦੀ ਹੈ। ਤੋ ਇਸ ਤੋਂ ਬਾਅਦ ਸਾਡੇ ਕੋਲ 1914 ਦੀ ਖਬਰ ਹੈ ਵੀ 16 ਅਕਤੂਬਰ 1914 ਦੇ ਦਿਨ ਜਿਹੜੀ ਕਿ ਗਦਰ ਪਾਰਟੀ ਦੀ ਲਹਿਰ ਜਿਹੜੀ 1913 ਤੋਂ ਸ਼ੁਰੂ ਹੋਈ ਸੀ, ਉਹਦੇ ਵਿੱਚ ਅਸੀਂ ਜਾਣਦੇ ਕਿ ਉਸ ਲਹਿਰ ਦੇ ਦੌਰਾਨ ਗਦਰੀ ਆਗੂਆਂ ਨੇ ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਹੇਠ ਚੌਂਕੀ ਮਾਨ 'ਤੇ ਹਮਲਾ ਕਰਕੇ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਸੈਕਸ਼ਨ 'ਚ ਗਦਰੀਆਂ ਦੇ ਹੱਥੋਂ ਸਟੇਸ਼ਨ ਮਾਸਟਰ ਜਿਹੜਾ ਮਾਰਿਆ ਗਿਆ ਸੀਗਾ, ਅਤੇ 13 ਸਤੰਬਰ 1915 ਦੇ ਦਿਨ ਜਿਹੜਾ ਇਸਦਾ ਕੇਸ ਦਾ ਫੈਸਲਾ ਹੋਇਆ ਅਤੇ ਜਗਤ ਸਿੰਘ ਸੁਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੋ 1955 ਦੇ ਵਿੱਚ ਸਾਡੇ ਕੋਲ ਅਸੀਂ ਜਾਣਦੇ ਕਿ 1955 ਵਿੱਚ ਜਿਹੜੀ ਹੱਦਬੰਦੀ ਕਮਿਸ਼ਨ ਨੇ ਪੰਜਾਬੀ ਸੂਬਾ ਨਾ ਬਣਾਉਣ ਦੀ ਸਿਫਾਰਿਸ਼ ਕੀਤੀ ਸੀ, ਉਹ ਸਿੱਖ ਕਨਵੈਨਸ਼ਨ ਰੱਦ ਕੀਤੀ। 24-25 ਅਕਤੂਬਰ 1953 ਨੂੰ ਅਕਾਲੀ ਦਲ ਨੇ ਪੰਜਾਬੀ ਸੂਬਾ ਕਨਵੈਨਸ਼ਨ ਕਰਕੇ ਪੰਜਾਬੀ ਸੂਬਾ ਕਾਇਮ ਕਰਨ ਦਾ ਮਤਾ ਪਾਸ ਕੀਤਾ ਸੀਗਾ। ਇਸ 'ਤੇ ਪੰਡਿਤ ਨਹਿਰੂ ਨੇ ਚਲਾਕੀ ਕਰ ਦਿੱਤੀ ਅਤੇ ਉਸਨੇ 22 ਦਸੰਬਰ 1953 ਨੂੰ ਸੂਬਿਆਂ ਵਾਸਤੇ ਰੀਆਰਗੇਨਾਈਜੇਸ਼ਨ ਕਮਿਸ਼ਨ, ਹੱਦਬੰਦੀ ਕਮਿਸ਼ਨ ਬਣਾ ਦਿੱਤਾ ਵੀ ਕਿਹੜੇ ਜਿਹੜੇ ਇਹਦੇ 'ਚ ਸੂਬੇ ਬੋਲੀ ਦੇ ਆਧਾਰ 'ਤੇ ਕਿਹੜੇ ਸੂਬੇ ਬਣਨੇ ਚਾਹੀਦੇ ਹਨ, ਕਿਸ ਤਰ੍ਹਾਂ ਵੰਡ ਹੋਣੀ ਚਾਹੀਦੀ ਹੈ। ਚਲਾਕੀ ਉਹਦੀ ਸੀ ਵੀ ਪੰਜਾਬੀ ਸੂਬਾ ਨਹੀਂ ਬਣ ਦੇਣਾ ਚਾਹੀਦਾ। ਤੋ ਇਸ ਕਮਿਸ਼ਨ ਦੇ 3 ਮੈਂਬਰ ਪਾਏ ਗਏ, ਜਿਹਨਾਂ 'ਚੋਂ 2 ਮੈਂਬਰ ਹਿੰਦੂ ਸਨ ਅਤੇ ਉਹ ਵੀ ਕੱਟੜ ਹਿੰਦੂ ਸਨ। ਇਹਨਾਂ 'ਚੋਂ 2 ਹਿਰਦੇਨਾਥ ਕੁੰਜਰੂ ਅਤੇ ਪਾਨੀਕਰ, ਇਹ ਤਾਂ ਪਹਿਲਾਂ ਹੀ ਬੋਲੀ ਦੇ ਆਧਾਰ 'ਤੇ ਸੂਬਿਆਂ ਦੇ ਮੁਖਾਲਿਫ ਮੰਨੇ ਜਾਂਦੇ ਸਨ। ਗੁਰਮੁਖ ਸਿੰਘ ਮੁਸਾਫਰ ਜਿਹੜਾ ਬਾਅਦ ਚੀਫ ਮਿਨਿਸਟਰ ਵੀ ਕੁਚਲ ਲਈ ਪੰਜਾਬ ਦਾ ਬਣਿਆ ਹੈ, ਉਸਨੇ ਇੱਕ ਲੇਖ ਲਿਖਿਆ ਸੀਗਾ ਜਿਹੜਾ ਕਿ ਕੌਮੀ ਏਕਤਾ ਨਵੰਬਰ 1974 ਦੇ 36 ਪੇਜ 'ਤੇ ਛਪਿਆ ਸੀਗਾ। ਤੋ ਉਹਨੇ ਲਿਖਿਆ ਕਿ ਇਹ ਕੁੰਜਰੂ ਕੱਟੜ ਫਿਰਕਾ ਪ੍ਰਸਤੀ ਅਤੇ ਪਾਨੀਕਰ ਬੇਜ਼ਮੀਰਾ ਅਤੇ ਮੌਕਾ ਤਾੜੂ ਸੀ। ਤੋ ਫਿਰਕਾ ਪ੍ਰਸਤੀ ਦੇ ਰੰਗ ਵਿੱਚ ਲੱਗੇ ਹੋਏ ਹਿੰਦੂਆਂ ਨੂੰ ਦੇਸ਼ ਦੇ ਸੂਬਿਆਂ ਦੀ ਹੱਦਬੰਦੀ ਦਾ ਕੰਮ ਜਿਹੜਾ ਸੌਂਪਿਆ ਗਿਆ। 24 ਫਰਵਰੀ 1954 ਨੂੰ ਇਸ ਕਮਿਸ਼ਨ ਨੇ ਜਨਤਾ ਤੋਂ ਸੁਝਾਅ, ਦਲੀਲਾਂ, ਵਿਚਾਰ ਅਤੇ ਪਟੀਸ਼ਨਾਂ ਮੰਗੀਆਂ। ਆਰੀਆ ਸਮਾਜ, ਜਨਸੰਘ, ਕਾਂਗਰਸ, ਪੰਜਾਬ ਸਰਕਾਰ ਸਾਰਿਆਂ ਨੇ ਪੰਜਾਬੀ ਸੂਬੇ ਦੇ ਖਿਲਾਫ਼ ਅਤੇ ਮਹਾਂ ਪੰਜਾਬ ਦੇ ਹੱਕ ਵਿੱਚ ਮੈਮੋਰੈਂਡਮ ਦਿੱਤੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਮੈਮੋਰੈਂਡਮ ਤਿਆਰ ਕੀਤਾ ਜਿਸ ਵਿੱਚ ਪੰਜਾਬੀ ਸੂਬੇ ਦਾ ਕੇਸ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਅਕਾਲੀ ਦਲ ਨੇ ਪੰਜਾਬੀ ਸੂਬੇ ਵਾਸਤੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਅੰਬਾਲਾ, ਰੋਪੜ ਅਤੇ ਖਰੜ ਤਹਿਸੀਲਾਂ, ਹਿਸਾਰ ਜਿਹਦੇ 'ਚੋਂ ਕਰਨਾਲ, ਕੈਥਲ ਅਤੇ ਥਾਣੇਸਰ ਕੁਰਕਸ਼ੇਤਰ ਤਹਿਸੀਲਾਂ, ਇਸ ਤੋਂ ਬਿਨਾਂ ਪੈਪਸੂ ਦੇ ਪਟਿਆਲਾ, ਬਰਨਾਲਾ, ਬਠਿੰਡਾ, ਫਤਿਹਗੜ੍ਹ, ਕਪੂਰਥਲਾ, ਸੰਗਰੂਰ, ਨਰਵਾਣਾ ਅਤੇ ਜੀਂਦ ਤਹਿਸੀਲਾਂ ਛੱਡ ਕੇ ਅਤੇ ਰਾਜਸਥਾਨ ਦਾ ਗੰਗਾਨਗਰ ਮਿਲਾ ਕੇ ਪੰਜਾਬੀ ਸੂਬੇ ਦੀ ਸਿਫਾਰਿਸ਼ ਕੀਤੀ ਸੀ। ਪਰ ਫਿਰਕਾ ਪ੍ਰਸਤ ਹਿਰਦੇਨਾਥ ਕੁੰਜਰੂ ਦੀ ਸਿੱਖ ਨਫ਼ਰਤ ਬਾਰੇ ਗੁਰਮੁਖ ਮੁਸਾਫਰ ਲਿਖਦਾ ਹੈ ਕਿ ਜਦ ਮੈਂ ਪਟਿਆਲਾ ਵਿੱਚ ਇਸ ਕਮਿਸ਼ਨ ਨੂੰ ਮਿਲਿਆ ਤਾਂ ਸਭ ਤੋਂ ਪਹਿਲਾਂ ਮੇਰੇ ਕੋਲੋਂ ਸਵਾਲ ਕੀਤਾ ਗਿਆ ਕਿ ਤੁਸੀਂ ਗੰਗਾਨਗਰ ਅਤੇ ਕਾਂਗੜਾ ਪੰਜਾਬੀ ਸੂਬੇ ਵਾਸਤੇ ਕਿਵੇਂ ਮੰਗਦੇ ਹੋ। ਮੈਂ ਆਖਿਆ ਜੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਨਹੀਂ ਉਹ ਤੁਸੀਂ ਕੱਢ ਦਿਓ। ਇਸ 'ਤੇ ਕੁੰਜਰੂ ਨੇ ਇੱਕਦਮ ਕਿਹਾ ਫਿਰ ਤਾਂ ਇੱਥੇ ਸਿੱਖ ਬਹੁਤ ਸੰਮਤੀ ਵਿੱਚ ਹੋ ਜਾਣਗੇ। ਮੈਂ ਉਸਨੂੰ ਕਿਹਾ ਵੀ ਜੇ ਕਮਿਸ਼ਨ ਨੂੰ ਇਹ ਹਦਾਇਤ ਹੈ ਕਿ ਸਿੱਖ ਕਿਸੇ ਤਰ੍ਹਾਂ ਵੀ ਬਹੁਤ ਸੰਮਤੀ 'ਚ ਨਹੀਂ ਹੋਣੇ ਚਾਹੀਦੇ ਤਾਂ ਉਸਦਾ ਪਾਲਣ ਕਰੋ। ਯਾਨੀ ਕਿ ਇੱਕ ਕਮਿਸ਼ਨ ਦੇ ਮੈਂਬਰ ਕੁੰਜਰੂ ਖਾਸ ਕਰਕੇ ਸ਼ਰੇਆਮ ਫਿਰਕਾ ਪ੍ਰਸਤੀ ਦਾ ਦਿਖਾਵਾ ਕਰ ਰਿਹਾ ਸੀਗਾ, ਜਿੱਦਾਂ ਕਿ ਉਸਨੂੰ ਪਹਿਲਾਂ ਹੀ ਪਲਾਨਿੰਗ ਹੁੰਦੀ ਹੈ ਅਤੇ ਇਹ ਸਾਰੀ ਕਾਰਵਾਈ ਦਿਖਾਵੇ ਦੀ ਸੀ। ਤੋ ਖੈਰ ਸੂਬਿਆਂ ਵੱਲੇ ਹੱਦਬੰਦੀ ਕਮਿਸ਼ਨ ਨੇ 1955 'ਚ ਆਪਣੀ ਰਿਪੋਰਟ ਪੇਸ਼ ਕੀਤੀ ਜਿਹਦੇ 'ਚ ਪੰਜਾਬੀ ਸੂਬੇ ਨੂੰ ਬਿਲਕੁਲ ਰੱਦ ਕਰਕੇ ਮਹਾਂ ਪੰਜਾਬ ਦੀ ਹਿਮਾਇਤ ਕੀਤੀ।
ਤੋ ਅਜੇ ਪੰਜਾਬੀ ਸੂਬੇ ਦੀ ਕਾਇਮੀ ਬਾਰੇ ਸੋਚਿਆ ਜਾ ਰਿਹਾ ਸੀ ਕਿ ਇਸ ਵਿੱਚੋਂ ਹਿੰਦੀ ਇਲਾਕੇ ਕੱਢਣ ਦੀ ਬਜਾਏ ਹੋਰ ਹਿੰਦੀ ਇਲਾਕੇ ਸ਼ਾਮਿਲ ਕਰਨ ਦੀਆਂ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ, ਯਾਨੀ ਕਿ ਪੰਜਾਬ ਅਤੇ ਪੈਪਸੂ ਅਤੇ ਹਿਮਾਚਲ ਨੂੰ ਇੱਕ ਕਰਨ ਦੀ ਵੀ ਸਿਫਾਰਿਸ਼ ਉਹਨਾਂ ਨੇ ਕਰ ਦਿੱਤੀ। ਤੋ ਇਹਦਾ ਮਤਲਬ ਸਾਫ਼ ਸੀ, ਸਿੱਖ ਕਦੇ ਵੀ ਕਿਸੇ ਇਲਾਕੇ 'ਚ ਬਹੁ ਗਿਣਤੀ ਵਿੱਚ ਨਹੀਂ ਰਹਿ ਸਕਣਗੇ। ਸੋ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਨਾਲ ਸਿੱਖਾਂ 'ਚ ਤੂਫਾਨ ਉੱਠ ਖੜਾ ਹੋਇਆ। ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਇੱਕ ਅਪੀਲ ਦੇ ਰੂਪ ਵਿੱਚ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ। ਇਸ ਦਿਲ ਟੁੰਬਵੀ ਅਪੀਲ ਨੇ ਸਿੱਖਾਂ 'ਚ ਜੋਸ਼ ਭਰਤਾ। ਮਾਸਟਰ ਤਾਰਾ ਸਿੰਘ ਨੇ 16 ਅਕਤੂਬਰ 1955 ਦੇ ਦਿਨ ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਦੀ ਇੱਕ ਕਨਵੈਨਸ਼ਨ ਸੱਦਣੀ, ਜਿਹਦੇ 'ਚ 1300 ਜਿਹੜੇ ਆਗੂ ਸ਼ਾਮਿਲ ਹੋਏ। ਇਸ ਕਾਨਫਰੰਸ ਨੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਉੱਕਾ ਹੀ ਰੱਦ ਕਰ ਦਿੱਤੀ ਅਤੇ ਮਾਸਟਰ ਤਾਰਾ ਸਿੰਘ ਨੂੰ ਸਾਰੇ ਹੱਕ ਦੇ ਕੇ ਕਿਹਾ ਕਿ ਉਹ ਪੰਜਾਬੀ ਸੂਬੇ ਵਾਸਤੇ ਜਦੋ ਜਹਿਦ ਸ਼ੁਰੂ ਕਰਨ। ਫਿਰ ਸਾਡੇ ਕੋਲ 16 ਅਕਤੂਬਰ 1981 ਦੀ ਗੱਲ ਹੈ। ਇੰਦਰਾ ਗਾਂਧੀ ਅਤੇ ਅਕਾਲੀਆਂ ਵਿੱਚ ਗੱਲਬਾਤ ਸ਼ੁਰੂ ਹੋਈ, ਜਿਸ ਤਰ੍ਹਾਂ ਮੈਂ ਕਿਹਾ ਸੀਗਾ ਵੀ ਲਾਲਾ ਜਗਤ ਰਾਮ ਦੇ ਕਤਲ ਕੇਸ ਤੋਂ ਬਾਅਦ ਭਿੰਡਰਾਂਵਾਲੇ ਦੀ 20 ਸਤੰਬਰ 1981 ਦੇ ਦਿਨ ਗ੍ਰਿਫਤਾਰੀ ਮਗਰੋਂ ਜਿਹੜਾ ਪੰਜਾਬ 'ਚ ਜਿਹੜਾ ਗੜਬੜ ਬਹੁਤ ਜ਼ਬਰਦਸਤ ਸ਼ੁਰੂ ਹੋ ਚੁੱਕੀ ਸੀ। 29 ਸਤੰਬਰ ਦੇ ਦਿਨ ਦਲ ਖਾਲਸਾ ਦੇ 5 ਵਰਕਰਾਂ ਸਤਨਾਮ ਸਿੰਘ, ਜਿੰਦਰ ਸਿੰਘ, ਤੇਜਿੰਦਰ ਸਿੰਘ, ਜਸਵੀਰ ਸਿੰਘ ਅਤੇ ਕਰਨ ਸਿੰਘ ਨੇ ਏਅਰ ਇੰਡੀਆ ਦਾ ਹਵਾਈ ਜਹਾਜ਼ ਹਾਈਜੈਕ ਕੀਤਾ ਸੀ ਅਤੇ ਉਹਨੂੰ ਲਾਹੌਰ ਲੈ ਗਏ ਸਨ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਉਹਨਾਂ ਦੇ ਭਾਈ ਅਮਰੀਕ ਸਿੰਘ, ਕਿਉਂਕਿ ਭਿੰਡਰਾ ਮਹਿਤਾ ਜਥੇ ਨਾਲ ਚੌਂਕ ਮਹਿਤਾ ਡੇਰੇ ਨਾਲ ਸੰਬੰਧਿਤ ਸਨ, ਡਾਕਟਰ ਰਜਿੰਦਰ ਕੌਰ ਵੀ, ਇਹ ਸਾਰੇ ਗਰਮ ਪਾਲਸੀਆਂ ਦੇ ਜਥੇਬੰਦੀਆਂ ਸਨ। ਅਤੇ ਅਕਾਲੀ ਦਲ ਜਿਹੜਾ ਅਜੇ ਥੋੜ੍ਹਾ ਥੋੜ੍ਹਾ ਠੰਡਾ ਚੱਲ ਰਿਹਾ ਸੀਗਾ, ਪਰ ਫਿਰ ਵੀ ਉਸਨੇ 27 ਸਤੰਬਰ ਨੂੰ ਲੁਧਿਆਣੇ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਆਲਮਗੀਰ ਮੀਟਿੰਗ ਵਿੱਚ ਫੈਸਲਾ ਕਰਕੇ 17 ਅਕਤੂਬਰ ਤੱਕ ਦਾ ਨੋਟਿਸ ਦੇ ਕੇ 18 ਅਕਤੂਬਰ ਤੋਂ ਸਿਵਲ ਨਾਫਰਮਾਨੀ ਦੀ ਲਹਿਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਤੋ ਜਿਸ ਤਰ੍ਹਾਂ ਜਾਣਦੇ ਵੀ 13-14 ਅਕਤੂਬਰ ਨੂੰ ਇੰਦਰਾ ਗਾਂਧੀ ਦਰਬਾਰਾ ਸਿੰਘ ਅਤੇ ਸੈਂਟਰਲ ਹੋਮ ਮਿਨਿਸਟਰ ਮਿਲੇ ਆ ਦਿੱਲੀ 'ਚ, ਉਹਨਾਂ ਨੇ ਸੀਕ੍ਰੈਟ ਮੀਟਿੰਗ ਕੀਤੀ ਹੈ। ਅਤੇ ਇਸ ਤੋਂ ਅਗਲੇ ਦਿਨ 15 ਅਕਤੂਬਰ ਨੂੰ ਭਿੰਡਰਾਂਵਾਲੇ ਨੂੰ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਰਿਹਾਅ ਕਰ ਦਿੱਤਾ। ਅਕਾਲੀਆਂ ਦੀ ਸ਼ਰਤ ਸੀ ਵੀ ਅਸੀਂ ਤੁਹਾਡੇ ਨਾਲ ਤਾਂ ਬੈਠਾਂਗੇ ਜਦੋਂ ਪਿੰਡਾਂ ਨਾਲ ਰਿਹਾਅ ਹੋ ਜਾਏਗਾ। ਸੋ 15 ਅਕਤੂਬਰ ਨੂੰ ਪਿੰਡਾਂ ਨਾਲ ਰਿਹਾਅ ਹੋ ਗਿਆ ਅਤੇ 16 ਅਕਤੂਬਰ ਦਿਨ ਅਗਲੇ ਦਿਨ ਹੀ ਇੰਦਰਾ ਗਾਂਧੀ ਅਤੇ ਅਕਾਲੀਆਂ ਵਿੱਚ ਜਿਹੜੀ ਹੈ ਰਸਮੀ ਕਾਰ ਗੱਲਬਾਤ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸਾਡੇ ਕੋਲ ਨਗੜੀ ਮੁਕਾਬਲੇ ਦੀ ਘਟਨਾਵਾਂ ਹਨ। 1987 ਦੀ ਘਟਨਾ, 16 ਅਕਤੂਬਰ 1987 ਦੇ ਦਿਨ ਪੁਲਿਸ ਨੇ ਸਵਰਨ ਸਿੰਘ ਪੁੱਤਰ ਮਹੰਤਾ ਸਿੰਘ ਵਾਸੀ ਕੰਮੋਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। 1988 ਦੀ ਘਟਨਾ ਕਿ ਅਸੀਂ ਜਾਣਦੇ ਕਿ 1984 ਤੋਂ ਬਾਅਦ ਸਿੱਖਾਂ ਦੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਜਦੋ ਜਹਿਦ ਵਿੱਚ ਹਿੱਸਾ ਲੈਣ ਵਾਸਤੇ ਬਾਹਰਲੇ ਮੁਲਕਾਂ 'ਚੋਂ ਵੀ ਬਹੁਤ ਸਾਰੇ ਬੰਦੇ ਆਏ ਸਨ। ਇਹਨਾਂ ਵਿੱਚ ਟੋਰਾਂਟੋ ਵਾਸੀ ਹਰਜਿੰਦਰ ਸਿੰਘ ਪੜਾਈ, ਪੁੱਤਰ ਈਸ਼ ਸਿੰਘ ਵੀ ਸੀ ਜਿਹੜਾ ਕਿ ਅਵਤਾਰ ਸਿੰਘ ਬ੍ਰਹਮਾ ਦਾ ਸਾਥੀ ਬਣ ਕੇ ਪੰਜਾਬ 'ਚ ਆਇਆ ਹੋਇਆ ਸੀਗਾ। ਤੋ 16-17 ਅਕਤੂਬਰ 1988 ਦੀ ਰਾਤ ਨੂੰ ਪੁਲਿਸ ਘੇਰੇ 'ਚ ਆ ਗਿਆ। ਜਦ ਉਸਨੂੰ ਜਾਪਿਆ ਕਿ ਪੁਲਿਸ ਨੂੰ ਗ੍ਰਿਫਤਾਰ ਕਰ ਦੇਗੀ ਤਾਂ ਉਸਨੇ ਸਾਇਨਾਈਡ ਦਾ ਕੈਪਸੂਲ ਖਾ ਕੇ ਆਪਣੀ ਜਾਨ ਦੇ ਦਿੱਤੀ। ਹਾਲਾਂਕਿ ਪੁਲਿਸ ਨੇ ਉਹਨਾਂ ਦੀ ਗੱਡੀ ਨੂੰ ਬਿਨਾਂ ਐਕਸ਼ਨ ਦੇ ਛੱਡ ਦਿੱਤਾ ਸੀ, ਪਰ ਉਹ ਆਪਣੀ ਜਾਨ ਦੇ ਗਿਆ। ਫਿਰ 1991 ਦੀ ਘਟਨਾ ਹੈ ਕਿ 16 ਅਕਤੂਬਰ 1991 ਦੇ ਦਿਨ ਪੁਲਿਸ ਨੇ ਅਮਰਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਖੇੜੀ ਸਲਾਵਤ ਰੋਪੜ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। 1992 ਦੀ ਵੀ ਘਟਨਾ ਹੈ ਕਿ ਪੁਲਿਸ ਨੇ 16 ਅਕਤੂਬਰ 1992 ਦੇ ਦਿਨ ਮਨਜੀਤ ਸਿੰਘ ਉਰਫ ਧਮਾਕਾ ਪੁੱਤਰ ਜਗੀਰ ਸਿੰਘ ਵਾਸੀ ਫਿਮੂਵਾਲ ਅਤੇ ਨੂੰ ਕੋਟਲੀ ਵਸਾਵਾ ਸਿੰਘ ਤਰਨ ਤਾਰਨ ਦੇ ਕੋਲ ਇੱਕ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। 1993 ਦੀ ਵੀ ਘਟਨਾ ਸਾਡੇ ਕੋਲ, 16 ਅਕਤੂਬਰ 1993 ਦੇ ਦਿਨ ਪੁਲਿਸ ਨੇ ਡਿਪਟੀ ਸਿੰਘ ਪੁੱਤਰ ਬਿਸ਼ਨ ਸਿੰਘ ਢਿੱਲੋਂ ਵਾਸੀ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। ਇਹ ਸਨ ਘਟਨਾਵਾਂ 16 ਅਕਤੂਬਰ ਦੀਆਂ ਜਿਹਨਾਂ ਨੂੰ ਤਾਰੀਖ ਨੇ ਰਿਕਾਰਡ ਕੀਤਾ ਹੈ। ਸ਼ੁਕਰੀਆ।